اے اللہ ہم تیرے ہی عبادت کرتے ہیں اور تجھ سے مدد مانگتے ہیں۔ آواز کی دنیا کے دوستو السلام علیکم، میرا اینیمل ٹی وی تے خوش آمدید، میں تہاڈا میزبان محمد افضل تے تسی ویکھدے پئے ہو میرا اینیمل ٹی وی۔ میرا اینیمل ٹی وی لائک کرو، سبسکرائب کرو، شکریہ، تے نال ہی لگے بیل آئیکن دے بٹن دباؤ تاکہ میری ہر نویں آن والی لیٹسٹ ویڈیو دوستاں میرے تک سب تو پہلے پہنچے۔ جناب میری دعا ہے میرے دوست ویر، میرے سبسکرائبر اور میرے اینیمل ٹی وی دے نال پیار کرن والے جتھے بھی وس رہے نے خوش وس رہے ہیں، اللہ تعالیٰ دی ٹیر رحمتاں نازل ہو رہی ہیں۔ جناب اج دوستاں میرے دی خدمت دے وچ وائس سبسکرائبر دی ویڈیو ہے، ایک دن پہلے لگائی سی میرے دوست نے جناب، دونوں سائڈاں تو کھڑے، کی نام ہے بھرا دا؟ سلامت علی۔ اور تہاڈا کی نام؟ محمد عرفان۔ بھائی سلامت علی اور محمد عرفان صاحب لاہوروں آئے نے، میرے کو تشریف لے کے آئے نے، کل دی ڈیٹ دے وچ جڑی گائے لگائی سی چولستانی فریزن کراس، اللہ دے فضل دے نال ਭਾਈ ਸਲਾਮਤ ਨੂੰ ਪਸੰਦ ਆ ਗਈ ਹੈ ਅਤੇ ਉਹ ਅੱਜ ਦੂਸਰਾ ਦਿਨ ਜਨਾਬ ਲੈਣ ਵਾਸਤੇ ਆਏ ਨੇ। ਇਹਨਾਂ ਦਾ ਬੜਾ ਬੜਾ ਸ਼ੁਕਰੀਆ ਜਨਾਬ, ਸਾਡੇ ਮਹਿਮਾਨ ਬਣੇ ਨੇ। ਬਾਕੀ ਦੋਸਤਾਂ ਨੂੰ ਪਤਾ ਹੈ ਮੇਰਾ ਐਨੀਮਲ ਟੀ ਵੀ ਅੱਲਾ ਦੇ ਫਜ਼ਲ ਦੇ ਨਾਲ ਸਾਫ਼ ਸੁਥਰਾ ਸੁੱਚਾ ਅਤੇ ਖਰਾ ਕੰਮ ਕਰਦਾ ਹੈ, ਅਤੇ ਜਿਹੜੀ ਗਾਇਲ ਗਾਈ ਸੀ ਉਹ ਵੀ ਸੁੱਚੀ ਅਤੇ ਖਰੀ ਸੀ ਔਰ ਸਾਫ਼ ਸੁਥਰੀ ਸੀ। ਬਾਕੀ ਦੋਸਤਾਂ ਨੂੰ ਪਤਾ ਹੈ, ਦੱਸਣ ਦੀ ਲੋੜ ਕੋਈ ਨਹੀਂ, ਜਿਹੜਾ ਵੀ ਜਾਨਵਰ ਮੇਰਾ ਐਨੀਮਲ ਟੀ ਵੀ ਦੀ ਜ਼ੀਨਤ ਬਣਦਾ ਹੈ ਉਹ ਸਾਫ਼ ਸੁਥਰਾ ਸੁੱਚਾ ਅਤੇ ਖਰਾ ਹੁੰਦਾ ਹੈ, ਚਾਰੇ ਪਾਸੋਂ ਪੂਰਾ ਹੁੰਦਾ ਹੈ। ਅਤੇ ਇਹ ਜਿਹੜਾ ਜਾਨਵਰ ਹੈ ਦੋਸਤਾਂ ਮੇਰੇ ਨੂੰ ਦਿਖਾਵਾਂਗੇ, ਉਸ ਤੋਂ ਪਹਿਲੇ ਦੋਸਤਾਂ ਨੂੰ ਇੱਕ ਮੈਸੇਜ ਦੇਈਏ, ਮੇਰੇ ਐਨੀਮਲ ਟੀ ਵੀ ਤੋਂ ਜਾਨਵਰ ਲਿਆ ਕਰੋ, ਇੰਤਜ਼ਾਰ ਕਰ ਲਿਆ ਕਰੋ, ਪਛਤਾਉਣ ਦਾ ਕੋਈ ਫਾਇਦਾ ਨਹੀਂ, ਪਛਤਾਵਾ ਲੈਣਾ ਹੈ ਅਤੇ ਜਾਨਵਰ ਜਿੱਥੋਂ ਮਰਜ਼ੀ ਲੈ ਲਿਆ ਕਰੋ, ਅਗਰ ਪਛਤਾਵੇ ਤੋਂ ਬਚਣਾ ਹੈ ਤਾਂ ਜਾਨਵਰ ਸਿਰਫ ਔਰ ਸਿਰਫ ਮੇਰੇ ਐਨੀਮਲ ਟੀ ਵੀ ਤੋਂ ਲਓ। ਬਾਕੀ ਵੀਡੀਓ ਅਤੇ ਜਾਨਵਰ ਦੇਖੋ, ਪਸੰਦ ਕਰੋ, ਮੇਰੇ ਨਾਲ ਰੇਟ ਤੈਅ ਕਰੋ, ਰੇਟ ਤੈਅ ਕਰਨ ਤੋਂ ਬਾਅਦ ਬਿਆਨਾ ਕਰਾਓ, ਅਗਰ ਤੁਸੀਂ ਖੁਦ ਆਉਣਾ ਪੇਮੈਂਟ ਲੈ ਕੇ ਆਓ ਅਤੇ ਜਾਨਵਰ ਆਪਣਾ ਪਸੰਦ ਕਰੋ, ਪੇਮੈਂਟ ਦਿਓ, ਜਾਨਵਰ ਲੈ ਜਾਓ। ਅਗਰ ਖੁਦ ਨਹੀਂ ਆਉਣਾ ਤਾਂ ਪੇਮੈਂਟ ਮੇਰੇ ਅਕਾਊਂਟ ਦੇ ਵਿੱਚ ਜਮ੍ਹਾਂ ਕਰੋ, ਉਸੇ ਵਕਤ ਹੀ ਡਾਲਾ ਕਰਵਾਵਾਂਗੇ ਅਤੇ ਉਸੇ ਵਕਤ ਹੀ ਲੋਡ ਕਰਕੇ ਜਿਹੜਾ ਦੋਸਤ ਵੀ ਲਏਗਾ ਉਹਦੇ ਘਰ ਭੇਜਾਂਗੇ। ਹੁਣ ਜਨਾਬ ਭਾਈ ਸਲਾਮਤ ਤੋਂ ਦੋਸਤਾਂ ਵੀਰਾਂ ਨੂੰ ਮੈਸੇਜ ਸੁਣਾਵਾਂਗੇ ਸਾਡੇ ਬਾਰੇ ਔਰ ਮੇਰੇ ਐਨੀਮਲ ਟੀ ਵੀ ਦੇ ਬਾਰੇ। ਭਾਈ ਸਲਾਮਤ ਕੀ ਮੈਸੇਜ ਦੇਣਾ ਚਾਹੁੰਦੇ ਨੇ? ਜੀ ਭਾਈ ਜਾਨ। ਭਾਈ ਜੀ ਅਸੀਂ ਤਾਂ ਪਹਿਲੀ ਦਫ਼ਾ ਆਏ ਹਾਂ, ਭਾਈ ਨੇ ਅੱਛਾ ਤਾਉਣ ਕੀਤਾ, ਜਾਨਵਰ ਪਸੰਦ ਆਇਆ। ਜ਼ਿਆਦਾਤਰ ਲੋਕ ਕਹਿੰਦੇ ਦੋ ਨੰਬਰ ਹੀ ਹੋ ਜਾਂਦੀ, ਧੋਖਾ ਹੁੰਦਾ, ਪਰ ਸਾਡੇ ਨਾਲ ਕੋਈ ਧੋਖਾ ਨਹੀਂ ਹੋਇਆ, ਇਹ ਭਾਈ ਦੀ ਮਿਹਰਬਾਨੀ। ਅੱਲਾ ਦੇ ਫਜ਼ਲ ਦੇ ਨਾਲ ਕੰਮ ਵੀ ਇਸੇ ਤਰ੍ਹਾਂ ਹੀ ਕਰੀਦਾ। ਬੜੇ ਅਰਸੇ ਤੋਂ ਬਾਅਦ ਤੁਸੀਂ ਮਹਿਮਾਨ ਜੇ ਉੱਪਰ ਆਏ ਜੇ, ਮੇਰੇ ਕੋਲ ਜਾਨਵਰ ਦੋਸਤ ਵੀ ਲੈਂਦੇ ਹੀ ਔਨਲਾਈਨ ਨੇ, ਕਹਿੰਦੇ ਨੇ ਅਫਸਲ ਭਾਈ ਅਸੀਂ ਆਉਣਾ ਹੀ ਨਹੀਂ, ਪੇਮੈਂਟ ਮੇਰੇ ਅਕਾਊਂਟ ਦੇ ਵਿੱਚ, ਅਤੇ ਕਹਿੰਦੇ ਨੇ ਬਸ ਤੂੰ ਘਰ ਭੇਜ ਦੇ। ਤੁਸੀਂ ਭਾਈ ਲੱਗਦੇ ਹੋ, ਮੇਰੀ ਇਹ ਵੀਡੀਓ ਜਾਨਵਰ ਜਾਂਦੇ ਨੇ ਤੁਸੀਂ ਵੇਖਦੇ ਹੋਵੋਗੇ, ਬੰਦੇ ਉੱਪਰ ਆਉਂਦੇ ਨਹੀਂ, ਉਹ ਕਹਿੰਦੇ ਨੇ ਅਫਸਰ ਬਾਈ ਬਸ ਪੇਮੈਂਟ ਤੇਰੇ ਅਕਾਊਂਟ 'ਚ ਆਉਂਦੀ ਪਈ, ਤੂੰ ਜਾਨਵਰ ਲੋਡ ਕਰਕੇ ਭੇਜ ਦੇ। ਅਤੇ ਤੁਹਾਡਾ ਬੜਾ ਬੜਾ ਸ਼ੁਕਰੀਆ, ਬੜਾ ਬੜਾ ਹੀ ਪਿਆਰ ਹੈ ਜਨਾਬ ਤੁਹਾਡੇ ਵਾਸਤੇ, ਬੜੀ ਮਿਹਰਬਾਨੀ ਭਾਈ ਜਾਨ। ਅੱਲਾ ਤਾਲਾ ਤੁਹਾਡੇ ਨਸੀਬ ਕਰੇ, ਜਾਨਵਰ ਦਿਖਾਉਂਦੇ ਹਾਂ ਅਤੇ ਲੋਡ ਕਰਨੇ ਹਾਂ, ਦਿਖਾਓ ਜੀ ਜਾਨਵਰ। ਲਓ ਜੀ ਦੋਸਤੋ, ਇਹ ਗਾਏ ਸੀ ਚੋਲਸਤਾਨੀ ਫਰੀਜ਼ਨ ਕਰਾਸ, ਗਾਏ ਆਈ ਹੈ ਦੋਸਤਾਂ ਵੀਰਾਂ ਦੇ ਸਾਹਮਣੇ, ਅਤੇ ਦੋਸਤਾਂ ਵੀਰਾਂ ਨੇ ਜਨਾਬ ਪਹਿਚਾਣ ਲਈ ਹੋਵੇਗੀ, ਵੇਖ ਲਈ ਹੋਵੇਗੀ, ਚੋਲਸਤਾਨੀ ਫਰੀਜ਼ਨ ਕਰਾਸ ਪਹਿਲਾ ਵਾਰਾ ਸੂਈ ਸੀ, ਪਿੱਛੇ ਵੱਛੀ ਸੀ, 1,85,000 ਮੁੱਲ ਕੀਤਾ ਸੀ। ਅਤੇ ਭਾਈ ਇਰਫਾਨ ਦੀ ਜ਼ੁਬਾਨੀ ਸੁਣਾਵਾਂਗੇ, ਭਾਈ ਇਰਫਾਨ ਨੇ ਕਿੰਨੇ ਮੁੱਲ 'ਚ ਲਈ ਹੈ? ਜੀ ਭਾਈ ਇਰਫਾਨ ਕਿੰਨੇ ਮੁੱਲ 'ਚ ਲਈ ਹੈ? 1,80,000 ਦੀ। 1,80,000 80,000 ਦੀ ਲਈ ਹੈ। ਦੋਸਤੋ ਇਹ ਕਰਦਾ ਜੇ ਤੁਹਾਡਾ ਵੀਰ ਮੁਹੰਮਦ ਅਫਜ਼ਲ ਕੰਮ, ਲੈ ਚਲੋ ਜੀ ਖੋਲੋ। ਅੱਲਾ ਦੇ ਫਜ਼ਲ ਦੇ ਨਾਲ ਭਾਈ ਸਲਾਮਤ ਦੇ, ਅੱਲਾ ਤਾਲਾ ਨਸੀਬ ਕਰੇ, ਜਿਸ ਮਕਸਦ ਵਾਸਤੇ ਲਈ ਉਹ ਮਕਸਦ ਅੱਲਾ ਤਾਲਾ ਪੂਰਾ ਕਰੇ। ਬਾਕੀ ਜਨਾਬ ਅੱਜ ਦੀ ਫਲੈਟ ਉੱਡਣ ਲੱਗੀ, ਅੱਜ ਦੀ ਫਲੈਟ ਜਾ ਰਹੀ ਹੈ ਲਾਹੌਰ, ਲੈ ਚਲੋ ਜੀ। ਲੈ ਚਲੋ ਜੀ
ਪਿੱਛੇ ਵੱਛੀ ਸੀ, ਗਾਏ ਖੁਦ ਵੀ ਵੱਛੀ ਸੀ ਅੱਲਾਹ ਦੇ ਫਜ਼ਲ ਦੇ ਨਾਲ। ਵੱਛੀ ਅੱਗੇ ਬੱਚਾ ਵਾੜੋ, ਪਹਿਲੇ ਬੱਚਾ ਵਾੜੋ, ਚੌਕੇ ਵਾੜੋ, ਚੌਕੇ ਚੌਕੇ ਚੜਾ ਗਏ। ਚਲੋ ਜੀ ਮਾਸ਼ਾਅੱਲਾ ਜੀ, ਕਰੋ ਜੀ ਲੋਡ ਜੀ। ਮੈਂ 19 ਦੇ ਡਾਲਾ ਨੰਬਰ ਦਾ ਹਾਲ ਆਵਾਂ। ਇਹ ਜਨਾਬ ਡਾਲਾ ਨੰਬਰ ਹੈ LWC 9495। ਚਲੋ ਜੀ ਕਰੋ ਜੀ ਲੋਡ ਯਾਰ। 2-4 ਹਜ਼ਾਰ ਦੀ, 2-2 ਹਜ਼ਾਰ ਦੀ ਗੱਲ ਕੋਈ ਨਹੀਂ, ਸਿਕਿਉਰਟੀ। ਮਾਸ਼ਾਅੱਲਾ ਜੀ ਗਾਏ ਲੋਡ ਹੋ ਗਈ ਹੈ, ਅੱਲਾਹ ਤਾਲਾ ਭਾਈ ਸਲਾਮਤ ਦੇ ਨਸੀਬ ਕਰੇ। ਮੇਰੀ ਅੱਜ ਵਾਲੀ ਵੀਡੀਓ ਦੋਸਤਾਂ ਵੀਰਾਂ ਨੂੰ ਪਸੰਦ ਆਵੇ, ਲਾਈਕ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜਨਾਬ। ਫਿਰ ਮਿਲਾਂਗੇ ਇੱਕ ਅੱਛੀ ਵੀਡੀਓ, ਅੱਛੀ ਗਾਏ ਦੇ ਨਾਲ। ਇਸ ਵੀਡੀਓ ਦੇ ਨਾਲ ਆਪਣੇ ਮੇਜ਼ਬਾਨ ਮੁਹੰਮਦ ਅਫਜ਼ਲ ਤੋਂ ਇਜਾਜ਼ਤ। ਪਾਕਿਸਤਾਨ ਜ਼ਿੰਦਾਬਾਦ।